ਵੀ ਨਸੀਬ ਨਹੀਂ ਹੋਇਆ। ਇਸ ਸਮੇਂ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ, ਇੱਥੇ ਨੌਜਵਾਨ ਦੀ ਇੱਕ ਦੀ ਮੌਤ ਹੋ ਜਾਂਦੀ ਹੈ ਨਸ਼ੇ ਦਾ ਟੀਕਾ ਲਾਉਣ ਦੇ ਨਾਲ। ਮੌਕੇ ਤੇ ਪਰਿਵਾਰਕ ਮੈਂਬਰ ਪਹੁੰਚੇ ਨੇ, ਪੁਲਿਸ ਮੁਲਾਜ਼ਮ ਇੱਥੇ ਮੌਜੂਦ ਨੇ। ਜੇ ਤਸਵੀਰਾਂ ਦਿਖਾ ਰਹੇ ਹਾਂ, ਪਰਿਵਾਰਕ ਮੈਂਬਰ ਦੇਖ ਸਕਦੇ ਹੋ ਕਿਸ ਤਰ੍ਹਾਂ ਲਾਈਵ ਤਸਵੀਰਾਂ ਤੁਹਾਡੇ ਸਾਂਝੀਆਂ ਕਰ ਰਹੇ ਹਾਂ, ਇਸ ਤਰ੍ਹਾਂ ਪਰਿਵਾਰਕ ਮੈਂਬਰ ਦਾ ਰੋ ਰੋ ਜਿਹੜਾ ਬੁਰਾ ਹਾਲ ਹੋ ਚੁੱਕਿਆ ਦੇਖ ਸਕਦੇ ਹੋ। ਮਾਂ ਕਿਸ ਤਰ੍ਹਾਂ ਪਰਿਵਾਰਕ ਮੈਂਬਰ ਨੇ, ਪੁਲਿਸ ਮੁਲਾਜ਼ਮ ਇੱਥੇ ਮੌਕੇ ਤੇ ਮੌਜੂਦ ਨੇ। ਇਸ ਬੱਚੇ ਦੀ ਮਾਤਾ ਜੀ ਨੇ ਘਰੋਂ ਤੋਂ ਸਵੇਰ ਦਾ ਨਿਕਲੇ ਕੱਲ ਦਾ। ਕੀ ਲੱਗਦਾ ਕੀ ਆ, ਕਿਵੇਂ ਮੌਤ ਹੋਈ ਆ? ਮਾਰਿਆ ਕਿਸੇ ਨੇ ਇਹਨੂੰ, ਆਪ ਨੀ ਮਰਿਆ। ਆਹ ਤੁਸੀਂ ਦੇਖ ਲੋ, ਤੂੰ ਦੇਖ ਬੇਟਾ, ਫੋਟੋ ਖਿੱਚ, ਖਿੱਚ ਉਹਦੀ ਫੋਟੋ। ਅੱਖੇ ਵੀ, ਅੱਖਾਂ ਕੱਢੀਆਂ ਹੋਈਆਂ, ਹਾਂ ਅੱਖਾਂ ਕੱਢੀਆਂ ਹੋਈਆਂ। ਅੱਛਾ ਇੱਕ ਤੋਂ ਸਹੀ ਇੱਕ ਫੋਟੋ ਤਾਂ ਖਿੱਚ ਉਹਦੀ, ਜ਼ਰੂਰ ਖਿੱਚਾਂਗੇ। ਕਿੰਨੀ ਉਮਰ ਸੀ ਬੱਚੇ ਦੀ? 25 ਸਾਲ ਦੀ। 25 ਸਾਲ ਦੀ ਸੀ ਮੁੰਡੇ। ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਸੀ? ਕੋਈ ਨਸ਼ਾ ਕਰਤਾ ਤਾਂ ਫੇਰ ਛੋੜ ਦਿਆ, ਕੋਈ ਨਸ਼ਾ ਨਹੀਂ ਕਰਦਾ। ਕਾਹਦਾ ਨਸ਼ਾ ਕਰਦਾ ਸੀ ਪਹਿਲਾਂ? ਕੋਈ ਨਹੀਂ, ਪਰ ਅਨੋ ਕਰਦਾ ਸੀਗਾ, ਉਹ ਅਨੋ ਖਾਂਦਾ ਸੀਗਾ, ਪਹਿਲਾਂ ਲੰਦਾ ਸੀਗਾ, ਕੁਛ ਨਹੀਂ, ਗੋਲੀਆਂ ਗਾਲੀਆਂ। ਅੱਛਾ ਹਾਂ। ਅੱਛਾ ਤੁਸੀਂ ਮਾਤਾ ਉਹਨਾਂ ਦੇ ਵਿੱਚ? ਹਾਂਜੀ ਹਾਂਜੀ। ਕਦੋਂ ਪਤਾ ਲੱਗਿਆ ਤੁਹਾਨੂੰ ਸਵੇਰੇ ਵੀ ਬੱਚੇ ਦੀ ਮੌਤ ਹੋ ਗਈ? ਪਹਿਲਾਂ ਮੈਂ ਸਵੇਰੇ ਆਈ ਤੜਕੇ, ਮੈਨੂੰ ਨਹੀਂ ਲੱਭਿਆ, ਹੁਣ ਮੈਂ ਸਾਰੇ ਲੱਭ ਰਹੀ, ਫਿਰ ਮੈਂ ਸਾਰਿਆਂ ਨੂੰ ਪੁੱਛਿਆ, ਫਿਰ ਮੁੰਡੇ ਆਇਆ, ਮਾਤਾ ਮਾਤਾ ਇਧਰ ਆ, ਤੁਹਾਡਾ ਮੁੰਡਾ ਡੱਡ ਪਿਆ। ਹਾਏ ਓਏ ਅੱਬਾ, ਮੇਰਾ ਮੁੰਡਾ ਕਿੱਦਾਂ ਡੱਡ ਪਿਆ? ਕੌਣ ਕੌਣ ਹੈ ਪਰਿਵਾਰ ਚ ਹੋਰ? ਇੱਕ ਮੈਂ, ਇੱਕ ਮੇਰਾ ਮੁੰਡਾ, ਦੋ ਕੁੜੀਆਂ ਵਿਆਹੀਆਂ। ਅੱਛਾ, ਮੁੰਡਾ ਵਿਆਹ ਹੋਇਆ ਸੀ? ਨਾ ਜੀ, ਕੁਮਾਰ ਕੁਮਾਰਾ ਸੀਗਾ, ਸਾਡੇ ਘਰ ਇਹੀ ਸਾਰਾ ਸੀਗਾ ਕਮਾਣੇ ਦਾ। ਅੱਛਾ, ਕੀ ਕਰੀਏ ਹੁਣ, ਕਿੱਥੋਂ ਜਾਈਏ, ਕਿੰਨੇ ਮਾਰਦਾ ਇਹਨੂੰ। ਕੱਲ ਘਰੇ ਸੀਗਾ ਮੁੰਡਾ ਬਾਈ? ਕੱਲ ਘਰ ਸੀ, ਅੱਜ ਰਾਤ ਨੀ ਹੋਇਆ ਜੀ, ਕਹੀਏ ਜੀ। ਅਜੇ ਵੀ ਮੇਰੇ ਮੁੰਡੇ ਦੀ ਮਿੱਟੀ ਬਲੀਤ ਹੋ ਰਹੀ ਹੈ, ਚੱਕ ਲੋ ਮੇਰੇ ਮੁੰਡੇ ਨੂੰ, ਨਾ ਸਾਨੂੰ ਚੱਕਣੇ ਦੋ। ਮੇਰੇ ਮੁੰਡੇ ਨੂੰ ਅੱਖਾਂ ਚ ਖੂਨ ਵਗੜਿਆ, ਮੱਖੀਆਂ ਲੱਗੀ ਵੀ, ਕੀੜੀਆਂ ਲੱਗੀ ਵੀ, ਕੋਈ ਕੇਅਰ ਨਹੀਂ ਕਰ ਰਿਹਾ ਉਹਦੀ, ਉਹ ਚੱਕਣੇ ਦੋ ਮੈਨੂੰ, ਮੇਰਾ ਅੱਖਾਂ ਚ ਖੂਨ ਕਾਹਤੋਂ ਆ ਰਿਹਾ? ਪਤਾ ਨੀ ਅੰਦਰੋਂ ਆ ਰਿਹਾ ਮੈਨੂੰ, ਉਹ ਤਾਂ ਮੈਂ ਕੈਰੀ ਚੱਕਣੇ ਨਹੀਂ ਦਿੰਦੇ, ਕੋਈ ਹਸਪੀਟਲ ਜਾ ਕੇ ਕੁਛ ਪਤਾ ਚੱਲੇ ਜੀ। ਇੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚਦੇ ਨੇ, ਜਿਹੜੀ ਪੁਸ਼ਟੀ ਕੀਤੀ ਜਾ ਰਹੀ ਹੈ ਲਗਾਤਾਰ। ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ, ਧਾਂਦਰਾ ਰੋਡ ਜੈਨ ਮੰਦਿਰ ਦੇ ਕੋਲੋਂ, ਜਿੱਥੇ ਦੂਰੋਂ ਦੂਰੋਂ ਪਰਿਵਾਰਕ ਮੈਂਬਰ ਵੀ ਪਹੁੰਚ ਰਹੇ ਨੇ, ਪੁਲਿਸ ਮੁਲਾਜ਼ਮ ਇੱਥੇ ਮੌਕੇ ਤੇ ਪਹੁੰਚਦੇ ਨੇ ਜੀ। ਲਾਸ਼ ਨੂੰ ਦੇਖਣ ਦੇ ਲਈ ਪਰਿਵਾਰਕ ਮੈਂਬਰ ਜਾ ਰਹੇ ਨੇ, ਰੋ ਰੋ ਜਿਹੜਾ ਪਰਿਵਾਰ ਦਾ ਬੁਰਾ ਹਾਲ ਆ ਜਿਹੜਾ ਅੱਜ ਹੋਇਆ ਹੋਇਆ, ਕਿਉਂਕਿ ਅਚਾਨਕ ਜਦੋਂ ਘਰ ਦੇ ਜੀ ਦੀ ਮੌਤ ਹੋ ਜਾਵੇ ਤਾਂ ਦੁੱਖਾਂ ਦਾ ਪਹਾੜ ਆ ਜਿਹੜਾ ਟੁੱਟ ਜਾਂਦਾ। ਹੁਣ ਲਾਸ਼ ਨਹੀਂ ਦਿਖਾ ਸਕਦੇ, ਇਸ ਕਮਰੇ ਦੇ ਵਿੱਚ ਆ ਜੋ ਇੱਕ ਪਲਾਟ ਦੇ ਵਿੱਚ ਡੈੱਡ ਬੋਡੀ ਆ ਜਿਹੜੀ ਪਈ ਹੋਈ ਹੈ।
ਇਸ ਸਮੇਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਨਾਲ ਧਾਂਦਰਾ ਰੋਡ ਜੈਨ ਮੰਦਿਰ ਦੇ ਕੋਲੋਂ ਸਰ ਸਰ ਕਦੋਂ ਕੁ ਪਤਾ ਲੱਗਿਆ ਸੀ ਤੁਹਾਨੂੰ ਇਹ ਮਾਮਲੇ ਬਾਰੇ? ਅੱਛਾ, ਪੁਲਿਸ ਪੁਸ਼ਟੀ ਕਰ ਰਹੀ ਹੈ ਹੁਣ ਪ੍ਰੋਪਰ ਕਿ ਜਿਵੇਂ ਪਰਿਵਾਰ ਵੱਲੋਂ ਕਿਹਾ ਵੀ ਅੱਖਾਂ ਕੱਢੀਆਂ ਗਈਆਂ ਨੇ, ਲੱਗਦਾ ਵੀ ਅੱਖਾਂ ਕੱਢੀਆਂ ਹੋਈਆਂ ਨੇ। ਸੋ ਪੁਲਿਸ ਮੁਲਾਜ਼ਮ ਵੀ ਹਾਲੇ ਪੁਸ਼ਟੀ ਕਰਨ ਤੋਂ ਬਾਅਦ ਜਿਹੜੀ ਪੂਰੀ ਰਿਪੋਰਟ ਦੱਸਣਗੇ। ਇਸ ਸਮੇਂ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ, ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਅੱਛਾ ਮੈਮ, ਤੁਸੀਂ ਕੌਣ ਹੋ ਭੈਣ? ਅੱਛਾ ਕਦੋਂ ਪਤਾ ਲੱਗ ਗਿਆ ਤੁਹਾਨੂੰ ਵੀ ਏਦਾਂ ਭਰਾ ਦੇ ਨਾਲ ਏਦਾਂ? ਅੱਛਾ ਜੀ, ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਸੀਗਾ ਭਰਾ ਤੁਹਾਡਾ? ਨਸ਼ਾ ਤਾਂ ਕਰਦਾ ਹੋਣਾ ਹੀ ਆ, ਤਾਂ ਹੀ ਅੱਜ ਇੱਥੇ ਆ। ਅੱਛਾ, ਸੋ ਦੇਖ ਸਕਦੇ ਹੋ ਗਲਤ ਕੋਲੇ ਜਿਹੜੀਆਂ ਨਸ਼ੇ ਦੀਆਂ ਸਰ ਟੀਕੇ ਵਗੈਰਾ ਵੀ ਪਏ ਨੇ ਅੰਦਰ? ਕੀ ਪਿਆ? ਲਗਾਤਾਰ ਪਰਿਵਾਰਕ ਮੈਂਬਰ ਇੱਥੇ ਆ ਰਹੇ ਨੇ। ਪਰਿਵਾਰਕ ਮੈਂਬਰ ਜਿਹੜੇ ਪਹੁੰਚਦੇ ਨੇ, ਪਰ ਪਰਿਵਾਰ ਮੈਂਬਰਾਂ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋ ਚੁੱਕਿਆ। ਪੁਲਿਸ ਮੁਲਾਜ਼ਮ ਇੱਥੇ ਮੌਕੇ 'ਤੇ ਪਹੁੰਚਦੇ ਨੇ, ਪਰਿਵਾਰਕ ਮੈਂਬਰ ਇੱਥੇ ਮੌਕੇ 'ਤੇ ਪਹੁੰਚਦੇ ਨੇ। ਸਿੱਧੀਆਂ ਤਸਵੀਰਾਂ ਤੋਂ ਨਾਲ ਧਾਂਦਰਾ ਰੋਡ ਜੈਨ ਮੰਦਿਰ ਕੋਲੋਂ ਸਾਂਝੀਆਂ ਕਰ ਰਹੇ ਹਾਂ। ਪਰਿਵਾਰਕ ਮੈਂਬਰ ਨੇ ਜਿਹੜੇ ਇੱਕੋ ਦਮ ਸਦਮੇ ਦੇ ਵਿੱਚ ਚਲੇ ਜਾਂਦੇ ਜਦੋਂ ਪਤਾ ਲੱਗਦਾ ਹੈ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਇਹ ਉਹ ਵੀਰ ਦਾ ਭਰਾ ਵਾ, ਬਾਈ ਪਹੁੰਚਦਾ ਇੱਥੇ। ਬਾਈ ਜੀ, ਕੀ ਲੱਗਦਾ ਕੀ ਹੋਇਆ ਭਰਾ ਦੇ ਨਾਲ? ਕੋਈ ਨਸ਼ਾ ਪੱਤਾ ਕਰਦਾ ਸੀਗਾ ਭਰਾ ਤੁਹਾਡਾ? ਨਹੀਂ ਬਾਈ, ਪਹਿਲੇ ਸੀਗਾ, ਹੁਣ ਤੋਂ ਘੱਟ 2-3 ਸਾਲ ਹੋ ਗਏ ਛੱਡਦਾ ਸੀ। ਕਿਹੜਾ ਨਸ਼ਾ ਕਰਦਾ ਸੀ ਪਹਿਲਾਂ? ਪਹਿਲੇ ਬਾਈ ਸੁੱਟੇ ਉੱਟੇ ਲਾਉਂਦਾ ਸੀਗਾ ਜੀ। ਅੱਛਾ, ਕਦੋਂ ਪਤਾ ਲੱਗਦਾ ਤੁਹਾਨੂੰ ਭਰਾ ਦੀ ਮੌਤ ਬਾਰੇ? ਹੁਣ ਹੀ ਪਤਾ ਲੱਗਿਆ ਜੀ, ਮੈਂ ਤਾਂ ਛੁੱਟੀ ਤੇ ਸੀਗਾ। ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਧਾਂਦਰਾ ਰੋਡ ਜੈਨ ਮੰਦਿਰ ਦੇ ਕੋਲੋਂ ਦੇਖ ਰਹੇ ਹੋ, ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਦੇ ਵਿੱਚ ਮੌਤ ਹੋ ਜਾਂਦੀ ਹੈ। ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ, ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਚੁੱਕਿਆ ਹੈ। ਪਰਿਵਾਰਕ ਮੈਂਬਰ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ। ਇਸ ਨੌਜਵਾਨ ਦੀ ਮਾਤਾ ਜੀ ਨੇ, ਭਰਾ ਭੈਣ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ। ਅਚਾਨਕ ਉਸ ਵੀਰ ਦੀ ਮੌਤ ਦਾ ਪਤਾ ਲੱਗਦਾ। ਮੇਰਾ ਜਮਾ ਦੁੱਖ ਹੁੰਦਾ ਕਿ ਮੰਮੀ ਟੈਂਸ਼ਨ ਨਾ ਲੈ, ਕੋਈ ਗੱਲ ਨੀ।
ਜਿਵੇਂ ਤੁਸੀਂ ਕਹਿੰਦੇ ਵੀ ਨਸ਼ਾ ਵੀ ਕਰ, ਨਸ਼ਾ ਲੈ ਕੇ ਕਿੱਥੋਂ ਆਉਂਦਾ ਸੀਗਾ? ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰਤਾ, ਫਲਾਨਾ ਕਰਤਾ, ਕੁਛ ਨੀ ਕੀਤਾ ਜਨਾਬ। ਜਿਹੜੀ ਮਰਜ਼ੀ ਸਰਕਾਰ ਆਵੇ, ਆਹ ਸਾਰੇ ਚੋਰ ਹੈਗੇ, ਆਪ ਨਸ਼ਾ ਵੇਚਦੇ ਹੈਗੇ, ਇਹ ਕੀ ਨਸ਼ਾ ਚਲਾਓਗੇ? ਚੰਗੇ ਚੰਗੇ ਰਹਿੰਦੇ ਨੌਜਵਾਨ ਬੰਦੇ ਨੂੰ ਸਾਰੇ ਮਾਰਨੇ ਲੱਗੇ ਹੋਏ ਹੈਗੇ, ਇਹ ਕੀ ਨਸ਼ਾ ਚਲਾਓਗੇ? ਸਾਰੇ ਮਾੜੇ ਓਟੋ ਚਲਾਉਂਦੇ, ਨਾਲੀ ਪੈਸੇ ਖੋ ਲੈਂਦੇ ਹੈਗੇ, ਅੰਨੇ ਹੈਗੇ, ਕਿਸੇ ਕੋ ਨਜ਼ਰ ਨੀ ਆਉਂਦਾ, ਇੰਨੀ ਵਾਰੀ ਕਟਵਾਲੀ ਦੇ ਮੁੰਡੇ ਪੈਸੇ ਖੋ ਗਏ। ਬਹੁਤ ਚੰਗਾ ਸੀ ਬੱਚਾ, ਕਾਰਵਾਈ ਨੀ ਕੀਤੀ ਜਾਏਗੀ, ਆਪਾਂ ਧਰਨੇ ਤੇ ਬੈਠਾਂਗੇ, ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਸਾਡਾ ਭਰਾ ਗਿਆ, ਕੱਲ ਕਿਸੇ ਹੋਰ ਦਾ ਵੀ ਭਰਾ ਜਾ ਸਕਦਾ। ਮੰਡੀ ਲੱਗਦੀ ਹੈ ਬਕਾਇਦਾ, ਨਾਕਾ ਹੁੰਦਾ ਪੁਲਿਸ ਦਾ, ਉਸ ਦੇ ਬਾਵਜੂਦ ਵੀ ਯਹਾਂ ਪਰ ਕਾਂਡ ਹੋ ਜਾਂਦੇ। ਹਮ ਤਾਂ ਸਰਕਾਰ ਤੋਂ ਬੇਖਰਾਬ ਆ ਗਏ, ਮੈਂ ਨੀ ਮਾਰਦੀ ਸਰਕਾਰ, ਅਸੀਂ ਨੀ ਮੰਨਦੇ, ਜਗ੍ਹਾ ਲੈ ਲਈ ਔਰ ਇਸਮੇ ਰਹਿਣੇ ਵਾਲਾ ਨਹੀਂ ਕੋਈ, ਐਸੀ ਜਗ੍ਹਾ ਮੈਂ 50 ਬੰਦੇ ਮਰੇਗੇ। ਸਰਕਾਰ ਤਾਂ ਕਹਿੰਦੇ ਨਸ਼ਾ ਬੰਦ ਕਰਤਾ, ਫਿਰ ਅਜਿਹੀਆਂ ਰੋਜ਼ ਘਟਨਾਵਾਂ ਹੁੰਦੀਆਂ ਨੇਗੀਆਂ। ਸਾਡਾ ਭਰਾ ਗਿਆ, ਕੱਲ ਹੋਰ ਕਿਸੇ ਕੋਲ ਭਰਾ ਵੀ ਜਾ ਸਕਦਾ। ਆਪਾਂ ਸਰਕਾਰ ਨੂੰ ਕੈਪਟਨ, ਚਾਹੇ ਕੈਪਟਨ ਸਰਕਾਰ ਹੋਵੇ, ਅੱਜ ਭਗਤ ਮਾਨ ਦੀ ਸਰਕਾਰ ਹੈਗੀ, ਆਪਾਂ ਕਹਿੰਦੇ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ। ਅਗਰ ਕਾਰਵਾਈ ਨਹੀਂ ਹੋਈ, ਨਹਿਰ ਡੁਗਰੀ ਬਸ ਅੱਡਾ ਪੱਕਾ ਚੱਕਾ ਜਾਮ ਬੰਦ ਕਰਾਂਗੇ ਅਸੀਂ। ਇਹ ਸਾਡਾ ਵਾਅਦਾ, ਐਸੀ ਜਗ੍ਹਾ ਲੈ ਕੇ ਰੱਖਦੀ ਹੈ, ਪਲਾਟ ਲੈ ਕੇ ਰੱਖਦੀ ਹੈ, ਰਹਿਣੇ ਵਾਲਾ ਨਹੀਂ ਹੈ, ਐਸੇ ਵਾਲਾ ਵੀ ਹੈ, ਮਤਲਬ ਇੱਥੇ ਅੰਦਰ ਹੈਗਾ, ਅੱਖਾਂ ਫਾੜੀ ਹੋਈ ਸਾਰੀ, ਇੱਧਰ ਦੇਖਦੀ ਨਿਕਾਸ ਗੇਟ ਬੰਦ ਕਰ ਰੱਖਾ ਹੈ, ਨਿਕਾਸ ਗੇਟ ਬੰਦ ਕਰ ਰੱਖਾ ਹੈ। ਪਹਿਲਾਂ ਕੁੜੀ ਨਾਲ ਰੇਪ ਹੋਇਆ ਸੀ, ਉਰੇ ਇੱਥੇ ਕਰ ਰੇਪ ਹੋਤਾ ਯਹਾਂ ਪਰ, ਐਸੀ ਜਗ੍ਹਾ ਨੇ ਮਾਰਤੀ ਜੀ, ਕਲਗੀ ਜੀ ਮੁਸਕ ਮਾਰ ਲੱਗਾ ਜੀ, ਐਸੀ ਜਗ੍ਹਾ ਨੇ ਪੜੀਆਂ ਮੇਰੇ ਨਾਲ ਯਹਾਂ ਪਰ ਲੁਟਖੋਰ ਹੋਈ ਹੈ, ਸਾਰੇ ਯਹਾਂ ਪਰ ਯਹਾਂ ਪਰ ਲੁਟਖੋਰ, ਕਾਰਵਾਈ ਕਰਨੇ ਕੋਈ ਕੋਈ ਕਾਰਵਾਈ ਨਹੀਂ ਹੋਈ ਹੈ। ਕਹਿੰਦਾ ਤੂੰ ਰਾਤੀ ਨਾਲ ਕੀ ਕਰਦਾ ਪਿਆ ਸੀਗਾ? ਆਪਣੇ ਕੰਮ ਤੇ ਡਿਊਟੀ ਤੇ ਆ ਰਹੇ, ਅਸੀਂ ਕੰਮ ਕਰਦੇ ਨਾ ਜਾਈ ਹੈ, ਐਸੀ ਜਗ੍ਹਾ ਮੇ ਕਿਤਨੇ ਮੈਟਰ ਹੋ ਜਾਏ, ਕਿਸੇ ਕੋ ਪਤਾ ਚਲੇਗਾ ਜੀ। ਸੋ ਦੇਖ ਰਹੇ ਹੋ ਲਾਈਵ ਤਸਵੀਰਾਂ, ਇੱਥੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਸ ਕਮਰੇ ਦੇ ਵਿੱਚ। ਆਹ ਜਿਹੜੀ ਤੁਸੀਂ ਸਾਹਮਣੇ ਇੱਕ ਕਮਰਾ ਦੇਖ ਰਹੇ ਹੋ, ਪਲਾਟ, ਖਾਲੀ ਪਲਾਟ ਪਿਆ ਹੈ, ਇਸ ਪਲਾਟ ਦੇ ਅੰਦਰ ਨੌਜਵਾਨ ਹੈ। ਕਿੰਨੇ ਟਾਈਮ ਤੋਂ ਬੰਦਾ ਬਾਈ ਇਹ ਗੇਟ? ਮੁਝੇ ਨਹੀਂ ਸਰ ਪਤਾ, ਪਹਿਲਾਂ ਵੀ ਇੱਥੋਂ ਕੀ ਘਟਨਾ ਹੋਈ ਹੈ ਜੀ? ਹਾਂ ਬੰਦ ਹੀ ਹੈ, ਪਹਿਲਾਂ ਇੱਥੇ ਦੱਸਿਆ ਜਾਂਦਾ ਵੀ ਰੇਪ ਵੀ ਹੋਇਆ ਵਾ, ਉਸ ਤੋਂ ਬਾਅਦ ਵੀ ਜਿਹੜੀ ਦੇਖਿਆ ਨੀ ਕਿਸੇ ਨੂੰ, ਇਹ ਖਾਲੀ ਪਲਾਟ ਵੀ, ਇੱਥੇ ਕੋਈ ਹੋਰ ਵੀ ਘਟਨਾ ਹੋ ਸਕਦੀ ਹੈ? ਕੋਈ ਮਾਰਪੀਟ ਕਰੇ ਉਧਰ ਕੌਣ ਸੁਣੇਗਾ?
ਮਾਰਪੀਟ ਕਰਿਆ ਕੌਣ ਸੁਣੇਗਾ ਕੋਈ ਕਾਰਵਾਈ ਨਹੀਂ ਹੁੰਦੀ ਇਹ ਕਾਰੋਬਾਰ ਚਿੱਟੇ ਦਾ ਕਮਰੇ ਦੀ ਚੱਲਦਾ ਸਾਰਾ ਕੁਝ ਚੱਲਦਾ ਆਹੀ ਚੱਲਦਾ ਬਸ ਇਹ ਕਾਰੋਬਾਰ ਚਿੱਟੇ ਦਾ ਇੱਥੇ ਇਹ ਅੰਦਾ ਕੋਈ ਚੱਲਦਾ ਜਿਹਨੇ ਕੋਈ ਅੰਦਾ ਬੰਦਾ ਠੀਕ ਹੈ ਲਾ ਲੈਂਦੇ ਜਿਹਨੇ ਸਾਰੇ ਜੇ ਪਤਾ ਇੱਥੇ ਜਿਹਨੇ ਚੋ ਸਾਰੇ ਇੱਥੇ ਸਾਰਿਆਂ ਨੂੰ ਪਤਾ ਯਾ ਪਤਾ ਨਸੇੜੀ ਰਹਿੰਦੇ ਸਾਰੇ ਕੇ ਸਾਰੇ ਫਿਰ ਵੀ ਆਹ ਕਾਰਵਾਈ ਨਹੀਂ ਹੁੰਦੀ ਹੈ ਅੱਛਾ ਕੀ ਬਾਈ ਮੰਗ ਕੀ ਕਰਦੇ ਹੁਣ ਅਸੀਂ ਮੰਗ ਕਰਦੇ ਜੀ ਸਾਡੇ ਭਰਾ ਦਾ ਜਿਹੜੇ ਜਿਨ੍ਹਾਂ ਨੇ ਮਾਰਿਆ ਹੈਗਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਸਜ਼ਾ ਦਿਲਾਈ ਜਾਵੇ ਔਰ ਇਹ ਮਕਾਨ ਤੁੜਵਾਉਣਾ ਚਾਹੀਦਾ ਇੱਥੇ ਵਗਾਰਾ ਬੰਦੇ ਹੋਣੇ ਚਾਹੀਦੇ ਆ ਪਰ ਪੁਲਿਸ ਵਾਲੇ ਅਗਰ ਭਗਤ ਮਾਨ ਜੀ ਤੁਹਾਨੂੰ ਖੁੱਲੀ ਆਜ਼ਾਦੀ ਕੀਤੀ ਜੇ ਅਗਰ ਸਾਡੀ ਵਜ੍ਹਾ ਦਾ ਅਗਰ ਤੁਸੀਂ ਸਰਕਾਰ ਬਣਾਈ ਹੈਗੀ ਹੈ ਤਾਂ ਕੁਛ ਨਾ ਕੁਛ ਕਰੋ ਨਹੀਂ ਤਾਂ ਇੱਥੇ ਅਗਲੇ ਵਾਲੇ ਟਾਈਮ ਤੇ ਤੁਹਾਨੂੰ ਕੋਈ ਨਹੀਂ ਪੁੱਛੂਗਾ ਜੀ ਜਿਹਦਾ ਦਿੱਲੀ ਕੰਨੇ ਨਹੀਂ ਪੁੱਛ ਰਹੇ ਪੰਜਾਬ ਮੇ ਵੀ ਤੁਹਾਨੂੰ ਕੋਈ ਨਹੀਂ ਪੁੱਛੂਗਾ ਦਰਸ਼ਕੋ ਦੱਸ ਦੀ ਅੱਜ ਜੈਨ ਮੰਦਿਰ ਤਾਂਦਾ ਰੋਡ ਦੇ ਕੋਲ ਮੌਜੂਦ ਆ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੇ ਨਾਲ ਵੀ ਜਿਹੜੀ ਮੌਤ ਹੁੰਦੀ ਆ ਅੱਜ ਅਕਸਰ ਆਪਾਂ ਸਰਕਾਰ ਦੇ ਕੋਲ ਸੁਣਦੇ ਆ ਵੀ ਨਸ਼ਾ ਬੰਦ ਕਰ ਦਿੱਤਾ ਜਾਊਗਾ ਅਕਸਰ ਕਦੋਂ ਆ ਜਿਹੜੀ ਅਜਿਹੀਆਂ ਸਾਨੂੰ ਘਟਨਾਵਾਂ ਦੇ ਕੋਲੋਂ ਰਾਹਤ ਮਿਲੂਗੀ ਜਿਹੜੇ ਵੀ ਦਰਸ਼ਕ ਇਸ ਵੀਡੀਓ ਨਾਲ ਪਹਿਲਾਂ ਜੁੜੇ ਹੋਏ ਨੇ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਰਕਾਰ ਤੱਕ ਅਜਿਹੀ ਘਟਨਾ ਪਹੁੰਚ ਸਕੇ ਜਾਂ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ ਸਿੱਧੀਆਂ ਲਾਈਵ ਤਸਵੀਰਾਂ ਮੌਕੇ ਨੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਦਰ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰ ਜਿਵੇਂ ਭੈਣੇ ਕਹਿੰਦੇ ਸਰਕਾਰ ਤਾਂ ਕਹਿੰਦੀ ਆ ਨਸ਼ਾ ਬੰਦ ਕਰਤਾ ਕੀ ਕਰੇਗੀ ਜਿਹੜੇ ਆਸੇ ਪਾਸੇ ਮੁੰਡੇ ਰੱਖੇ ਹੋਏ ਆ ਜਿਹੜੇ ਨਸ਼ੇ ਕਰਵਾਉਂਦੇ ਆ ਵੇਚਦੇ ਆ ਉਹਨਾਂ ਵਾਸਤੇ ਕੋਈ ਕਾਰਵਾਈ ਨੀ ਅੱਧੀ ਰਾਤ ਨੂੰ ਕੋਈ ਬੰਦਾ ਸੜਕ ਤੇ ਨਹੀਂ ਨਿਕਲ ਸਕਦਾ ਲੁੱਟ ਖੋ ਕਰਦੇ ਆ ਉਹਦੇ ਵਾਸਤੇ ਤਾਂ ਕੋਈ ਚੈਕਿੰਗ ਨੀ ਹੈਗੀ ਹੈ ਏਦਾਂ ਸੁਨਸਾਨ ਜਗ੍ਹਾ ਆ ਇਹਦੇ ਵਾਸਤੇ ਕੋਈ ਜਗ੍ਹਾ ਹੈਗੀ ਕਿ ਕੋਈ ਬੰਦਾ ਆ ਕੇ ਦੇਖੇਗਾ ਕਿ ਇੱਥੇ ਕੋਈ ਮਾਰ ਦਿਆ ਗਿਆ ਕੁਛ ਹੋਇਆ ਕੋਈ ਪਤਾ ਨੀ ਹੈਗਾ ਇੱਥੇ ਕੋਈ ਇਹ ਜੀ ਜਗ੍ਹਾ ਤੇ ਥੋੜੀ ਸਰਕਾਰ ਪਹੁੰਚਦੀ ਹੈ ਕੀ ਮੰਗ ਕੀ ਕਰਦੇ ਅੱਜ ਭੈਣੇ ਮੈਂ ਤਾਂ ਸਿਰਫ ਕਹਿੰਦੀ ਘੱਟੋ ਘੱਟ ਜਿਹੜਾ ਆਸੇ ਪਾਸੇ ਉਹਨਾਂ ਦੇ ਬੰਦੇ ਅੰਦਰ ਥੋੜੀ ਸੀ ਜਿਹੀ ਇਨਸਾਨੀਅਤ ਹੋਣੀ ਚਾਹੀਦੀ ਹੈ ਨਾ ਇੱਕ ਬੱਚੇ ਨਾਲ ਏਦਾਂ ਕਰ ਰਹੇ ਆ ਉਹਨਾਂ ਨਾਲ ਵੀ ਏਦਾਂ ਹੋ ਸਕਦਾ ਆ ਠੀਕ ਹੈ ਨਾ ਤੇ ਤਾਂ ਆਪਣੇ ਅੰਦਰ ਪਹਿਲੇ ਸਰਕਾਰ ਨੂੰ ਕੀ ਕਹੀਏ ਜਿਹੜੇ ਬੰਦੇ ਨੇ ਇਹ ਕੀਤਾ ਆ ਘੱਟੋ ਘੱਟ ਉਹਦੇ ਦਿਲ ਦੇ ਵਿੱਚ ਕਿੱਦਾਂ ਹੈਵਾਨ ਹੋਣਾ ਜਿਹਦੇ ਅੱਖਾਂ ਵੀ ਉਹਦੀ ਮੁੰਡੇ ਦੀਆਂ ਫੋੜਤੀਆਂ ਨੇ ਹਾਂਜੀ ਹਾਂਜੀ ਬਾਈ ਜੀ ਦੇਖਦਾ ਅੰਦਰ ਜਾ ਕੇ ਆਏ ਅਸੀਂ ਸੋ ਲਗਾਤਾਰ ਪਰਿਵਾਰਕ ਮੈਂਬਰ ਇਸ ਮੋਰੀ ਦੇ ਰਾਹੀਂ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਅੰਦਰ ਲਾਸ਼ ਪਈ ਹੈ ਉਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਫੇਸਬੁੱਕ ਦੀਆਂ ਕੁਝ ਗਾਈਡਲਾਈਨ ਹੁੰਦੀਆਂ ਨੇ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਤਾਂਦਰਾ ਰੋਡ ਜੈਨ ਮੰਦਿਰ ਦੇ ਕੋਲੋਂ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਦੀ ਨਸ਼ੇ ਦੇ ਨਾਲ ਕਹਿੰਦੇ ਮੌਤ ਹੋ ਚੁੱਕੀ ਆ ਦੱਸੀ ਜਾ ਰਹੀ ਹੈ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚਦੇ ਨੇ ਮੌਕੇ 'ਤੇ ਤਸਦੀਕ ਕਰਨ ਦੇ ਲਈ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਜਾਣਾਂਗੇ ਮਾਮਲਾ ਕੀ ਹੁੰਦਾ ਸਿੱਧੀਆਂ ਲਾਈਵ ਤਸਵੀਰਾਂ ਜਿਹੜੀਆਂ ਤਾਂਦਰਾ ਰੋਡ ਜਿੱਥੇ ਨੌਜਵਾਨ ਦੀ ਮੌਤ ਹੋ ਜਾਂਦੀ ਆ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਇੱਕੋ ਦਮ ਆ ਜੋ ਪਤਾ ਲੱਗਦਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਥੇ ਪੁਲਿਸ ਮੁਲਾਜ਼ਮ ਵੀ ਪਹੁੰਚਦੇ ਨੇ ਗੱਲਬਾਤ ਕਰਦੇ ਹਾਂ ਸਰ ਕਦੋਂ ਪਤਾ ਲੱਗਦਾ ਮਾਮਲੇ ਦੇ ਬਾਰੇ ਤੁਹਾਨੂੰ 10 ਮਿੰਟ ਵੇਟ ਕਰ ਲਓ ਜੀ ਸੋ 10 ਮਿੰਟ ਬਾਅਦ ਆ ਜੋ ਪੁਲਿਸ ਦੇ ਵੱਲੋਂ ਬਿਆਨ ਕੀਤਾ ਜਾਊਗਾ ਇਸ ਘਟਨਾ ਨੂੰ ਸੋ ਸਿੱਧੀਆਂ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਪਰਿਵਾਰਕ ਮੈਂਬਰ ਦੇਖ ਸਕਦੇ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂਦਰਾ ਰੋਡ ਜੈਨ ਮੰਦਿਰ ਦੇ ਕੋਲੋਂ ਜਿੱਥੇ
ਨਸ਼ੇ ਦੇ ਨਾਲ ਜਿਹੜੀ ਮੌਤ ਦੱਸੀ ਜਾ ਰਹੀ ਹੈ ਨੌਜਵਾਨ ਦੀ, 25 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਉਸ ਨੌਜਵਾਨ ਦੀ, ਪਰਿਵਾਰਕ ਮੈਂਬਰਾਂ ਦਾ ਜਿਹੜਾ ਰੋ ਰੋ ਬੁਰਾ ਹਾਲ ਹੋ ਚੁੱਕਿਆ ਹੈ। ਕੱਲਾ ਕੱਲਾ ਬੇਟਾ ਤੇ ਦੋ ਭੈਣਾਂ ਦੱਸੀਆਂ ਜਾ ਰਹੀਆਂ ਨੇ, ਦੋ ਭੈਣਾਂ ਦੱਸੀਆਂ ਜਾ ਰਹੀਆਂ ਨੇ, ਕੱਲਾ ਕੱਲਾ ਬੇਟਾ ਦੱਸਿਆ ਜਾ ਰਿਹਾ ਹੈ। ਭਾਜੀ ਤੁਸੀਂ ਕੌਣ? ਅੱਛਾ ਤੁਹਾਡਾ ਭਤੀਜਾ ਉਹ? ਅੱਛਾ ਕੀ ਲੱਗਦਾ ਕਾਹਦੇ ਨਾਲ ਮੌਤ ਹੋਈ ਹੈ? ਦੇਖੋ ਹੁਣ ਏਦਾਂ ਨੀ ਆਪਾਂ ਕੁਛ ਵੀ ਕਹਿ ਸਕਦੇ, ਕਿਉਂਕਿ ਨਸ਼ਾ ਕਰਦਾ ਸੀ, ਨਸ਼ਾ ਛੱਡ ਚੁੱਕਾ ਹੋਇਆ ਸੀ, ਇੱਕ ਗੋਲੀ ਜ਼ਰੂਰ ਖਾਂਦਾ ਸੀ ਕਿਉਂਕਿ ਉਹ ਘਰ ਦੇ ਵਿੱਚ ਹੀ ਮੌਜੂਦ ਹੈ, ਮਾਂ ਬਾਪ ਦੇ ਕੋਲ ਹੀ, ਠੀਕ ਹੈ ਜੀ। ਹੋਰ ਕੋਈ ਉਹਨੂੰ ਨਸ਼ਾ ਨਹੀਂ ਸੀ ਕਿਸੇ ਚੀਜ਼ ਦਾ, ਯਾਨੀ ਕਿ ਸਾਰਾ ਕੁਛ ਆਪਾਂ ਕੰਮ ਕਰ ਰਿਹਾ ਸੀ, ਵਧੀਆ ਕਰ ਰਿਹਾ ਸੀ, ਆਟੋ ਚਲਾ ਰਿਹਾ ਸੀ, ਠੀਕ ਹੈ ਜੀ। ਕੱਲ ਹਾਂ ਕੱਲ ਸਵੇਰੇ ਨਿਕਲਿਆ ਘਰੋਂ ਆਟੋ ਲੈ ਕੇ, ਦੁਪਹਿਰ ਤੋਂ ਬਾਅਦ ਯਾਨੀ ਕਿ 2 ਵਜੇ ਤੱਕ ਸਾਡੇ ਪ੍ਰਾਹੁਣੇ ਨੇ ਦੇਖਿਆ, ਉਹ ਤੋਂ ਬਾਅਦ ਯਾਨੀ ਕਿ ਸਾਨੂੰ ਨਹੀਂ ਮਿਲਿਆ। 2 ਵਜੇ ਤੱਕ ਯਾਨੀ ਕਿ ਸਾਡੀ ਨਿਗਾਹ ਦੇ ਵਿੱਚ ਸੀ ਜੋ ਭਾਈ ਅੱਖਾਂ ਤੇ ਵੀ ਸੱਟ ਵੱਜੀ ਹੋਈ, ਕੀ ਅੱਖਾਂ ਦਾ ਕੀ ਲੱਗਦਾ? ਇਹ ਦੇਖੇ ਬਿਨਾਂ ਨਹੀਂ ਕੁਛ ਵੀ ਦੱਸ ਸਕਦੇ, ਜਦ ਤੱਕ ਇਹਦਾ ਹੋਏਗਾ ਨਹੀਂ ਤਦ ਤੱਕ ਅਸੀਂ ਕੁਛ ਨਹੀਂ ਕਹਿ ਸਕਦੇ ਕਿ ਅੱਖਾਂ ਤੇ ਕੀ ਹੋਇਆ ਜਾਂ ਕਿਸ ਤਰੀਕੇ ਨਾਲ ਹੋਇਆ। ਜਗ੍ਹਾ ਦਾ ਹੱਲ ਕਰਵਾਓ, ਜਦ ਤੱਕ ਇੱਥੇ ਕੁਛ ਨਹੀਂ ਹੋਣਾ, ਇੱਥੇ ਰੇਪ ਪਹਿਲਾਂ ਰੇਪ ਹੋਇਆ ਹੈਗਾ, ਹੁਣ ਅਜੇ ਮਰਡਰ ਹੋ ਗਿਆ, ਕੱਲ ਨੂੰ ਹੋਰ ਕਾਂਡ ਹੋਊਗਾ, ਠੀਕ ਹੈ ਨਾ ਜੀ? ਕਿਉਂਕਿ ਜਦ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ ਕੁਛ ਨਹੀਂ ਹੋਣਾ ਹੈਗਾ, ਕਿਉਂਕਿ ਦੇਖੋ ਖਾਲੀ ਪਲਾਟ ਹੈ, ਖਾਲੀ ਪਲਾਟ ਹੈ, ਕੁਛ ਨਹੀਂ ਹੋਣਾ ਵਾਲੇ, ਕੁਛ ਵੀ ਨਹੀਂ ਹੈਗਾ, ਕੁਛ ਵੀ ਹੋ ਸਕਦਾ, ਅੱਜ ਇਹ ਬੱਚਾ, ਕੱਲ ਨੂੰ ਕੋਈ ਹੋਰ ਕਾਂਡ ਹੋਊਗਾ, ਅੱਜ ਸਾਡਾ ਇਹ ਬੱਚਾ ਮਾਰ ਕੇ ਸੁੱਟ ਗਿਆ, ਕੱਲ ਨੂੰ ਕੁਛ ਹੋਰ ਵੀ ਹੋ ਸਕਦਾ, ਠੀਕ ਹੈ ਜੀ? ਕਹਿੰਦੇ ਇੱਥੇ ਕੋਈ ਘਟਨਾ ਹੋਈ ਹੈ, ਪਹਿਲਾਂ ਵੀ ਕਾਂਡ ਹੋਇਆ ਸੀ, ਪਹਿਲਾਂ ਵੀ ਕਾਂਡ ਹੋਇਆ, ਸਾਰੇ ਚਿੱਟੇ ਇੱਥੇ ਪੈਂਦੇ ਆ, ਇੰਜੈਕਸ਼ਨ ਇੱਥੇ ਲਾਉਂਦੇ, ਚੋਰੀਆਂ ਚਗਾਰੀਆਂ ਇੱਥੇ ਹੁੰਦੀਆਂ, ਜਣਾ ਖਾਣਾ ਮੁੰਡਾ ਇੱਥੇ ਚੱਕ ਕੇ ਲਿਆਂਦਾ ਰੋਡ ਤੋਂ ਫੜ ਕੇ, ਇੱਥੇ ਮੰਡੀ ਲੱਗਦੀ ਹੈ, 20 ਵਾਰੀ ਧਰਨਾ ਦਿੱਤਾ ਗਿਆ, ਮੰਡੀ ਬੰਦ ਕਰਾਏ, ਜਣਾ ਖਾਣਾ ਜਣਾ ਨਹੀਂ, ਇਕੱਲੀ ਨਹੀਂ ਆ ਸਕਦੀ ਆ, ਪਰ ਕਿਉਂ ਨਹੀਂ ਆ ਸਕਦੀ? ਇਹ ਜਦ ਤੱਕ ਇਹ ਕਾਰਵਾਈ ਨਹੀਂ ਹੋਗੀ, ਜਦ ਤੱਕ ਹਰ ਇੱਕ ਸਾਡਾ ਭਰਾ ਮਰਿਆ, ਕੱਲ ਤੁਹਾਡਾ ਹੀ ਭਰਾ ਮਰ ਸਕਦਾ ਹੈ। ਅਸੀਂ ਕੈਪਟਨ ਸਾਹਿਬ ਜਾਂ ਕੈਪਟਨ ਸਾਹਿਬ ਦੀ ਵਾਰੀ ਵੀ ਆਪਾਂ ਕਹਿੰਦੇ ਆਪਾਂ ਲੇਡੀ ਸੀ, ਮੌਤ ਹੋਈ ਸੀ, ਉਹਦੇ ਲੁੱਟਖੋਰ ਹੋਈ ਸੀਗੀ। ਭਗਤ ਮਾਨ ਜੀ ਸਾਡੇ ਦਮ ਤੇ ਤੁਸੀਂ ਆਇਓ, ਅਗਰ ਸਾਡੀ ਪ੍ਰੋਗਰਾਮੇ ਕੀਤੀ ਗਈ ਨਾ, ਤੁਸੀਂ ਇਹਦਾ ਹਿਸਾਬ ਲਾ ਲਓ, ਰਹਿਣ ਤੁਹਾਨੂੰ ਵੀ ਨਹੀਂ ਦਿੰਦੇ ਪੰਜਾਬ ਮੈਂ, ਇਸ ਵਾਰੀ ਨਹੀਂ ਰਹਿਣ ਦਿੰਦੇ, ਥੋੜੀ ਸਰਕਾਰ ਗਈ ਸਾਡੇ, ਤੁਹਾਨੂੰ 20 ਸਾਲ ਬਾਅਦ ਕਹਿ ਕੇ ਹਰ ਗਏ ਭਾਈ, ਨਸ਼ਾ ਬੰਦ ਕਰ ਦੋ, ਅੱਜ ਸਾਡਾ ਭਰਾ ਗਿਆ, ਕੱਲ ਕਿਸੇ ਹੋਰ ਕਾ ਵੀ ਜਾ ਸਕਦਾ, ਸਭ ਐਸੀ ਸਰਕਾਰ ਹੈਗੀ ਹੈ, ਸਭ ਨਸ਼ਾ ਵੇਚਦੀ ਹੈ, ਸਭ ਨਸ਼ਾ ਖਾਂਦੀ ਹੈ। ਸੋ ਦੇਖ ਰਹੇ ਹੋ ਪਰਿਵਾਰਕ ਮੈਂਬਰਾਂ ਦੀ ਜਿਹੜੀ ਹਾਲਾਤ ਨੇ ਇਸ ਸਮੇਂ, ਕਿਸ ਤਰ੍ਹਾਂ ਇੱਕ ਸਦਮੇ ਦੇ ਵਿੱਚ ਪਰਿਵਾਰਕ ਮੈਂਬਰ ਨੇਗੇ, ਹਰ ਇੱਕ ਸ਼ਖਸ ਇੱਥੇ ਪਹੁੰਚ ਰਿਹਾ ਪਰਿਵਾਰ ਦਾ, ਪੁਲਿਸ ਮੁਲਾਜ਼ਮ ਇੱਥੇ ਮੌਕੇ ਤੇ ਪਹੁੰਚਦੇ ਨੇ, ਇਹਦੀਆਂ ਲਾਈਵ ਤਸਵੀਰਾਂ ਤੁਹਾਨੂੰ ਧਾਂਦਰਾ ਰੋਡ ਜਨ ਮੰਦਿਰ ਤੇ ਸਾਂਝੀਆਂ ਕਰ ਰਹੇ ਹਾਂ। ਇਹ ਪਰਿਵਾਰ ਇਹ ਬੱਚੇ ਉਸ ਲੜਕੇ ਦੀ ਮਾਤਾ ਜੀ ਨੇ, ਜਿਹਨਾਂ ਨਾਲ ਪਹਿਲਾਂ ਵੀ ਤੁਹਾਡੀ ਗੱਲਬਾਤ ਕਰਵਾਈ ਹੈ, ਮਾਤਾ ਵੀ ਰੋ ਰੋ ਆ, ਜਿਹੜਾ ਬੁਰਾ ਹਾਲ ਹੋ ਚੁੱਕਿਆ, ਭੈਣ ਇੱਥੇ ਮੌਕੇ ਤੇ ਮੌਜੂਦ ਹੁੰਦੀ ਹੈ ਤੇ ਭਰਾ ਇੱਥੇ ਪਹੁੰਚਦੇ ਨੇ, ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ। ਇਸ ਨੌਜਵਾਨ ਦੇ 25 ਸਾਲ ਉਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ, ਜੋ ਅੱਜ ਨੌਜਵਾਨ ਨਸ਼ੇ ਦੇ ਟੀਕਾ ਲਾਉਣ ਲਗਾ ਕੇ ਜਿਹੜਾ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਉਹਦੇ ਕੋਲ ਇੰਜੈਕਸ਼ਨ ਵੀ। ਬਾਈ ਜੀ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਵਾ, ਇਹ ਨਸ਼ਾ ਆਇਆ ਕਿੱਥੋਂ ਆ? ਪਹਿਲੀ ਗੱਲ ਤਾਂ ਸਰਕਾਰ ਤਾਂ ਜਿਵੇਂ ਕਹਿੰਦੇ ਬੰਦ ਕਰਤਾ ਨਸ਼ਾ, ਭਰਾ ਕਿੱਥੋਂ ਜਾਂਦਾ ਨਸ਼ਾ ਆਇਆ ਕਿੱਥੋਂ ਆ? ਸਰਕਾਰ ਤਾਂ ਕਹਿ ਰਹੀ ਹੈ ਬੰਦ ਕਰਤਾ ਵਾ ਜੀ, ਕੀ ਕਹਿਣਾ ਚਾਹੁੰਦੇ? ਟੀਕਾ ਟੂਕਾ ਕੋਈ ਨਹੀਂ ਲਾਇਆ, ਇੱਕ ਕਿਸੇ ਨੇ ਮਾਰਿਆ ਇਹਨੂੰ, ਸਾਜੀ ਸੇ ਕਿਸੇ ਦੀ ਕੀ ਲੱਗਦਾ ਕਿਨੇ ਮਾਰਿਆ? ਕੀ ਪਤਾ ਸਾਨੂੰ, ਕਾ ਬਸ ਕੋਈ ਵਿਚੇ ਘੁੰਮ ਰਹੇ ਮੁੰਡੇ ਇਹ ਨਾਲ ਰਹਿੰਦੇ ਸੀਗੇ, ਬਸ ਪੈਸੇ ਖੋ ਲੈਣੇ, ਕਦੀ ਕੁਛ ਖੋ ਲੈਣਾ, ਕਦੀ ਕੁਛ ਖੋ ਲੈਣਾ। ਸ਼੍ਰੀ ਮੇਰਾ ਮੁੰਡਾ ਸੀਗਾ, ਇਹਨੂੰ ਮਾਰਿਆ, ਕੁਛ ਨਹੀਂ, ਇਹਨੂੰ ਝਾੜ ਬੂਝ ਕੇ ਕਰਵਾ ਕੇ ਅੱਖਾਂ ਕਰਤੀਆਂ। ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲੋਂ? ਪ੍ਰਸ਼ਾਸਨ ਕੋਲ ਮੰਗ ਕਰਦੇ ਲੱਭੋ ਉਹਨਾਂ ਨੂੰ, ਸਾਨੂੰ ਆਪ ਫੈਸਲਾ ਚਾਹੀਦਾ, ਸਾਨੂੰ ਉਹ ਚਾਹੀਦਾ ਕਰੂ, ਸਾਡਾ ਕਮਾਣੇ ਵਾਲਾ ਇਹੀ ਸੀਗਾ, ਸਾਡੇ ਘਰੇ ਕੋਈ ਕਮਾਣੇ ਵਾਲਾ ਨਹੀਂ ਬੱਚਾ, ਅਸੀਂ ਕਮਾਉਂਦਾ ਸੀਗਾ, ਸਾਡਾ ਮੇਰਾ ਬੰਦਾ ਬਿਮਾਰ ਪਿਆ, ਇਹਦਾ ਪਿਓ, ਤੇ ਮੈਂ ਕੀ ਕਰਾਂਗੇ, ਕਿੱਥੇ ਜਾਵਾਂਗੇ ਹੁਣ, ਲੱਭੋ
ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਲਗਾਤਾਰ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੇ ਕਰ ਰਹੇ ਹਾਂ ਦੁਗਰੀ ਧਾਂਦਰਾ ਰੋਡ ਦੇ ਜੈਨ ਮੰਦਿਰ ਦੇ ਕੋਲੋਂ ਜਿੱਥੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਦਾ ਮੌਕੇ ਤੇ ਪੁਸ਼ਟੀ ਕਰਨ ਤੋਂ ਬਾਅਦ ਆ ਜਿਹੜੀ ਸਾਰੀ ਘਟਨਾ ਤੁਹਾਨੂੰ ਦੱਸੀ ਜਾਊਗੀ ਦੇਖ ਸਕਦੇ ਹੋ ਦੂਰੋਂ ਦੂਰੋਂ ਆ ਜਿਹੜੇ ਲੋਕ ਵੀ ਇੱਥੇ ਇਕੱਠੇ ਹੋ ਜਾਂਦੇ ਨੇ ਦੱਸ ਰਹੇ ਨੇ ਵੀ ਇਸ ਜਗ੍ਹਾ ਤੇ ਪਹਿਲਾਂ ਵੀ ਇੱਕ ਘਟਨਾ ਹੁੰਦੀ ਆ ਫਿਰ ਵੀ ਆ ਜਿਹੜੀ ਪ੍ਰਸ਼ਾਸਨ ਦੀ ਅੱਖ ਨਹੀਂ ਖੁੱਲਦੀ ਪਰ ਅੱਜ ਫਿਰ ਇੱਕ ਨੌਜਵਾਨ ਦੀ ਇੱਥੇ ਮੌਤ ਹੋਈ ਮਿਲੀ ਹੈ ਤੇ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਲਗਾਤਾਰ ਆ ਜਿਹੜੀਆਂ ਆਪਾਂ ਅਜਿਹੀਆਂ ਘਟਨਾਵਾਂ ਹੁੰਦੀਆਂ ਦੇਖਦੇ ਹਾਂ ਪਰ ਕਿਤੇ ਨਾ ਕਿਤੇ ਠੱਲ ਨਹੀਂ ਪੈਂਦੀ ਅਜਿਹੀਆਂ ਘਟਨਾਵਾਂ ਨੂੰ ਅੱਗੇ ਵੀ ਤੁਹਾਨੂੰ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਅੰਦਰ ਦਾ ਕੀ ਮਾਹੌਲ ਹੈ ਅੰਦਰ ਨੌਜਵਾਨ ਦੀ ਉਸਦੀ ਲਾਸ਼ ਪਈ ਹੋਈ ਹੈ ਲਾਸ਼ ਬਰਾਮਦ ਆ ਜਿਹੜੀ ਕੀਤੀ ਗਈ ਹੈ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਅੱਜ 25 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਨੂੰ ਜਦੋਂ ਪਤਾ ਲੱਗਦਾ ਹੈ ਕਿਤੇ ਨਾ ਕਿਤੇ ਘਰ ਦੇ ਵਿੱਚ ਜੋ ਇੱਕ ਦੁੱਖ ਵਾਲਾ ਮਾਹੌਲ ਬਣ ਜਾਂਦਾ ਪਰਿਵਾਰਕ ਮੈਂਬਰ ਇੱਥੇ ਰੋਂਦੇ ਕਰਲਾਉਂਦੇ ਮਿਲਦੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਪੁਸ਼ਟੀ ਕੀਤੀ ਜਾ ਰਹੀ ਹੈ ਪੁਸ਼ਟੀ ਕਰਨ ਤੋਂ ਬਾਅਦ ਪੂਰਾ ਮਾਮਲਾ ਦੱਸਿਆ ਜਾਊਗਾ ਸੋ ਮੌਕੇ 'ਤੇ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੁਸੀਂ ਵੀ ਮੈਂ ਤਾਂ ਦਰਸ਼ਕਾਂ ਨੂੰ ਅਪੀਲ ਕਰਦਾ ਜਿਹੜੇ ਵੀ ਦਰਸ਼ਕ ਇਸ ਵੀਡੀਓ ਨਾਲ ਜੁੜੇ ਹੋਏ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਪ੍ਰਸ਼ਾਸਨ ਦੇ ਸਰਕਾਰ ਦੇ ਕੰਨਾਂ ਤੱਕ ਕੇ ਆਵਾਜ਼ ਪਹੁੰਚ ਸਕੇ ਕਿਉਂਕਿ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੀ ਨਸ਼ਾ ਬੰਦ ਕਰ ਦਿੱਤਾ ਗਿਆ ਹੈ ਨਸ਼ਾ ਖਤਮ ਕਰ ਦਿੱਤਾ ਗਿਆ ਪਰ ਰੋਜ਼ ਜਦੋਂ ਕੋਈ ਨਾ ਕੋਈ ਮੌਤ ਹੁੰਦੀ ਆ ਪਰਿਵਾਰਕ ਮੈਂਬਰ ਜਿਹੜੇ ਰੋਂਦੇ ਹੋਏ ਝੱਲੇ ਨਹੀਂ ਜਾਂਦੇ ਇਸ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਅਤੇ ਜੁੜੇ ਰਹੋ ਬ੍ਰੇਕਿੰਗ ਨਿਊਜ਼ ਪੰਜਾਬ ਚੈਨਲ ਦੇ ਨਾਲ ਮੇਰੇ ਨਾਲ ਮੇਰੇ ਕੈਮਰਾ ਪਰਸਨ ਪਵਨ ਸਿੱਧੂ ਬ੍ਰੇਕਿੰਗ ਨਿਊਜ਼ ਪੰਜਾਬ ਲੁਧਿਆਣਾ।